Once again. ਮੈਨੂੰ ਜਾਦੇ ਸੋਚੀ ਉਹਨਾਂ ਨੂੰ ਵੀ ਜੇ ਤੂੰ ਤੁਹਾਡੇ ਤੇ ਪੱਥਰ ਮਾਰਦਾ ਤਾਂ ਹਰੇਕ ਪੱਥਰ ਦਾ ਜਵਾਬ ਦੇਣਾ ਚੰਗੀ ਗੱਲ ਨਹੀਂ ਪਰ ਕੀ ਕਰੀਏ ਉੱਥੇ ਜੱਟ ਬੁੱਧੀ ਅੱਜ ਤੱਕ ਤੁਹਾਨੂੰ ਮਾਰਾਂਗੇ ਜੀ ਇੱਕ ਗੱਲ ਕਹਿਣੀ ਸੀ ਸੁਣਾ ਲਿਆ ਲੋਕਾਂ ਨੇ ਉਹਨਾਂ ਚੋਂ ਬਾਈ ਸੌ ਗੇਰ ਹਵਾ ਨਹੀਂ ਫੁਕਰੀ ਨਹੀਂ ਹੈਗੀ ਪਰ ਪਤਾ ਕੀ ਗੱਲ ਹੈ ਜੋ ਤੁਸੀਂ ਗੋਡੇ ਘਸਾਏ ਹੁੰਦੇ ਨੇ ਕਿਸੇ ਚੀਜ਼ ਲਈ ਤੁਹਾਨੂੰ ਉਹ ਚੀਜ਼ ਦਾ ਮੁੱਲ ਪਤਾ ਹੁੰਦਾ ਤੇ ਜਦੋਂ ਸਾਡਾ ਕੋਈ ਤੀਜਾ ਗੱਲ ਤੋਂ ਉੱਠ ਕਰਦਾ ਵੀ ਕੀ ਆ ਕੀ ਕਰ ਲਿਆ ਉਹ ਸਾਡਾ ਬਾਣੀ ਫਿਰ ਚੜਦੀ ਹੈ ਬਸ ਉਹੀ ਗੱਲ ਆ ਮੇਰਾ ਹਨਾ ਬੜਾ ਸੁਰੱਖਿਅਤ ਜੀ ਚੌਥਾ ਜੀ ਪੰਜਵਾਂ ਪੰਜਵਾਂ ਜੇ ਯਾਰ ਕੁਝ ਕੱਟਿਆ ਤਾਂ ਹੀ ਗਾ ਰਹੇ ਹਾਂ ਦੂਜੇ ਦੇ ਤਾਂ ਉਹ ਗਾਣੇ ਹੁੰਦੇ ਜਿਹਨਾਂ 'ਚ ਆਪਣੇ 'ਚ ਕੁੱਟਣ ਪਾਉਣ ਨੂੰ ਕੁਛ ਨਹੀਂ ਹੁੰਦਾ ਕੱਲਾ ਵੜੇ ਦਾ ਹਸਲ ਨਾ ਬਣਿਆ ਏ ਉਹ ਸਿੱਧੂ ਮੂਸੇਵਾਲਾ ਅੱਜ ਚੈੱਕ ਕਰਨੇ ਤੁਸੀਂ ਕਰ ਜੋਏ ਸ਼ਰਮ ਨਾ ਮਰ ਜੋਏ ਉਹ ਗੀਤ ਤੁਸੀਂ ਕੱਢਿਆ ਕਮੈਂਟਾਂ ਵਿੱਚ ਜੱਟ ਆ ਜਿਹੜੇ ਰਿਪਲਾਈ ਰੁਪਲਾਈ ਕਰਦੇ ਸਾਰੇ ਕਮੈਂਟ ਹੀ ਦੇਖ ਲਓ ਕਿੰਨੀ ਸ਼ਰਮ ਪੈਂਦੀ ਉੱਥੇ ਹੀ ਦੇਖ ਲਓ ਯਾਰ ਸ਼ਰਮ ਆ ਜਾਂਦੇ ਨੇ ਆ ਜਿਹੜੇ ਅੱਜ ਕੱਲ੍ਹ ਨਵੇਂ ਨਵੇਂ ਉੱਠ ਕੇ ਗਾਣਾ ਕਰਦੇ ਨਾ ਮੈਨੂੰ ਕਦੇ ਕਦੇ ਬਹੁਤ ਅਫਸਾਨਾ ਹੈਨਾ ਨਵੇਂ ਜੇ ਸਲਾਰੂ ਦਾ ਵੀ ਕਰਦਾ ਹਿਸਾਬ ਗੱਲ ਕੱਢ ਕਿਸੇ ਨੂੰ ਨਾ ਹੋਵੋ ਕਾਮਯਾਬ ਹੋ ਜਾਂਦਾ ਤੇਰੇ ਉੱਤੇ ਹਾਸਾ ਉਹ ਲੈ ਕੇ ਬਹਿੰਦਾ ਇੱਕ ਪਾਸਾ ਉਹ ਗੱਲ ਅਸਲੇ ਦੀ ਕਰੇ ਤੇਰਾ ਨਾਮ ਆ ਗੁਲਾਬ ਅੱਜ ਰੁਤਬੇ ਜੋ ਪਾਏ ਬੜੇ ਗੋਡਿਆਂ ਕਸਾਏ ਇਹਨੂੰ ਮੈਂ ਨਹੀਂ ਕਹਿੰਦਾ ਇਹਨੂੰ ਮਿਹਨਤ ਹੈ ਕਹਿੰਦੇ ਇਹ ਮੈਂ ਨਹੀਂ ਉਹ ਹੁੰਦੀ ਓਏ ਇਹਨੂੰ ਮਿਹਨਤ ਹੈ ਕਹਿੰਦੇ ਇਹ ਮੈਂ ਨਹੀਂ ਉਹ ਹੁੰਦੀ ਵਧੀਆ